ਹਾਂਜੀ ਜੀ, ਮਾਜ਼ਰਤ ਦੇ ਨਾਲ ਗੁਰਪਿਆਰੀ ਸੰਗਤ ਜੀ, ਤੁਸੀਂ ਦੇਖ ਰਹੇ ਸੀ ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਚਵਾ ਬਾਬਾ ਗੁਰੂ ਨਾਨਕ ਸਾਹਿਬ ਔਰ ਬਾਬਾ ਗੁਰੂ ਨਾਨਕ ਸਾਹਿਬ 1522 ਦੇ ਵਿੱਚ ਇਸ ਜਗ੍ਹਾ ਦੇ ਉੱਤੇ ਆ ਕੇ ਸਥਾਪਿਤ ਹੋਏ ਔਰ ਉਹਨਾਂ ਦੀ ਕਰਾਮਾਤ ਦੇ ਨਾਲ ਇੱਥੇ ਇੱਕ ਕੁੰਡ ਜਾਰੀ ਹੋਇਆ ਜਿਹਨੂੰ ਕਿ ਅੰਮ੍ਰਿਤ ਕੁੰਡ ਕਿਹਾ ਜਾਂਦਾ ਹੈ। ਅਸੀਂ ਤੁਹਾਨੂੰ ਦਿਖਾ ਰਹੇ ਸੀ ਕਿ ਗੁਰਦੁਆਰੇ ਦੇ ਅੰਦਰ ਜਿਸ ਜਗ੍ਹਾ ਦੇ ਉੱਤੇ ਬਾਬਾ ਗੁਰੂ ਨਾਨਕ ਸਾਹਿਬ ਜਾ ਕੇ ਬੈਠੇ ਸੀ, ਅਸੀਂ ਤੁਹਾਨੂੰ ਥੋੜ੍ਹਾ ਜਿਹਾ ਪਹਿਲੇ ਦੱਸਦੇ ਚੱਲਦੇ ਹਾਂ ਕਿ ਕੀ ਕੰਮ ਜਿਹੜੇ ਨੇ ਇੱਥੇ, ਸੇਵਾ ਜਿਹੜੀਆਂ ਨੇ ਉਹ ਮੁਕੰਮਲ ਹੋ ਚੁੱਕੀਆਂ ਨੇ। ਨਿਸ਼ਾਨ ਸਾਹਿਬ ਦੀ ਜਗ੍ਹਾ ਜਿਹੜੀ ਹੈ ਉਹ ਮੁਕੰਮਲ ਕੀਤੀ ਗਈ ਹੈ, ਜਿਹੜੀ ਕਿ ਜਿਸ ਜਗ੍ਹਾ ਦੇ ਉੱਤੇ ਨਿਸ਼ਾਨ ਸਾਹਿਬ ਪਹਿਲੇ ਹੁੰਦਾ ਸੀ ਉਸੇ ਜਗ੍ਹਾ ਦੇ ਉੱਤੇ ਨਿਸ਼ਾਨ ਸਾਹਿਬ ਨੂੰ ਦੁਬਾਰਾ ਬਣਾਇਆ ਗਿਆ। ਉਸੇ ਹੀ ਖੂਹ ਨੂੰ ਤੁਸੀਂ ਦੇਖ ਸਕਦੇ ਹੋ ਕਿ ਦੁਬਾਰਾ ਤੋਂ ਪ੍ਰਜ਼ਰਵ ਕੀਤਾ ਗਿਆ। ਇਸ ਜਗ੍ਹਾ ਦੇ ਉੱਤੇ ਲੰਗਰ ਹਾਲ ਔਰ ਨਾਲ ਹੀ ਨਾਲ ਬਾਗ ਹੁੰਦਾ ਸੀ। ਉਸ ਜਗ੍ਹਾ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਗੁਰੂ ਪਿਆਰੀ ਸੰਗਤ ਜੀ ਕਿ ਉੱਥੇ ਹੀ ਹੁਣ ਮਾਲਟਿਆਂ ਬਾਗ ਲਾਏ ਨੇ, ਬਕਾਇਦਾ ਤੌਰ ਦੇ ਉੱਤੇ ਮਾਲਟੇ ਲੱਗੇ ਵੀ ਹੋਏ ਨੇ। ਤੁਹਾਨੂੰ ਅਸੀਂ ਦਿਖਾਉਂਦੇ ਹਾਂ, ਇੱਥੇ ਮਾਲਟੇ ਲੱਗੇ ਵੀ ਹੋਏ ਨੇ, ਫਰੂਟ ਜਿਹੜਾ ਲੱਗਾ ਔਰ ਇੱਥੇ ਕੇਅਰ ਟੇਕਰ ਵੀ ਬਕਾਇਦਾ ਤੌਰ ਦੇ ਉੱਤੇ ਮੌਜੂਦ ਨੇ। ਪ੍ਰਾਈਵੇਟ ਤੌਰ ਦੇ ਉੱਤੇ ਇੱਕ ਵੀਰ ਜੀ ਜਿਹੜੇ ਨੇ ਇੱਥੇ ਡਿਊਟੀ ਵੀ ਨਿਭਾ ਰਹੇ ਨੇ ਆਪਣੀ, ਅਤੇ ਮੈਂ ਤੁਹਾਨੂੰ ਦਿਖਾਉਂਦਾ। ਇਹ ਦੇਖੋ ਤੁਸੀਂ, ਇੱਕ ਸਾਲ ਪਹਿਲੇ ਤੁਹਾਨੂੰ ਅਸੀਂ ਦਿਖਾਇਆ ਸੀ ਕਿ ਇੱਥੇ ਫਰੂਟਸ ਲਾਏ ਗਏ ਨੇ। ਇਹ ਤੁਸੀਂ ਦੇਖ ਸਕਦੇ ਹੋ, ਇੱਥੇ ਮੌਸਮੀ ਜਿਹੜੀ ਹੈ, ਆਲਾ ਦਰਜੇ ਦੀ ਮੌਸਮੀ ਜਿਹੜੀ ਹੈ, ਉਹਦੇ 'ਤੇ ਫਰੂਟ ਲੱਗ ਚੁੱਕਿਆ। ਜਿਵੇਂ ਕਿ ਗੁਰੂ ਘਰ ਦਾ ਲੰਗਰ ਕਿਹਾ ਜਾਂਦਾ ਕਿ ਹਰ ਜੀਵ ਵਾਸਤੇ ਵੇ, ਇਸ ਤਰ੍ਹਾਂ ਹੀ ਇੱਥੇ ਜਿਹੜੇ ਚਰਿੰਦ ਪਰਿੰਦ ਜਿਹੜੇ ਆਉਂਦੇ ਨੇ ਉਹਨਾਂ ਵਾਸਤੇ ਵੀ ਲੰਗਰ ਦਾ ਪ੍ਰਬੰਧ ਕੀਤਾ ਗਿਆ। ਠੀਕ ਹੈ ਜੀ, ਅਤੇ ਮੈਂ ਇੱਕ ਵਾਰੀ ਫਿਰ ਕਹਾਂਗਾ ਕਿ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੱਖੋ ਲੱਖ ਵਧਾਈਆਂ ਕਿ ਜਿਹੜੀ ਉਹਨਾਂ ਨੇ ਇਹ ਜਿਹੜੀ ਕਾਰ ਸੇਵਾ ਕਰਵਾ ਕੇ ਅਤੇ ਹੁਣ ਇਹਨੂੰ ਖੋਲ੍ਹਣ ਲਈ ਜਾ ਰਹੇ ਨੇ ਔਰ ਇਹਦਾ ਐਲਾਨ ਜਲਦੀ ਕੀਤਾ ਜਾਏਗਾ। ਵੀਰ ਵਿਕਾਸ ਜੀ, ਤੁਹਾਡਾ ਬਹੁਤ ਸ਼ੁਕਰੀਆ, ਔਰ ਨਾਲ ਦੀ ਨਾਲ ਹੀ ਅਸੀਂ ਉਹਨਾਂ ਸੰਗਤਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਨੇ ਇਹਦੀ ਕਾਰ ਸੇਵਾ ਦੇ ਵਿੱਚ ਹਿੱਸਾ ਲਿਆ ਦੇਸ਼ ਵਿਦੇਸ਼ ਤੋਂ। ਗੁਰਦੁਆਰਾ ਸਾਹਿਬ ਆਪਣੀ ਅਸਲ ਹਾਲਤ ਦੇ ਵਿੱਚ ਹੈ, ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਦਿਖਾਇਆ। ਦੋ ਵਾਰੀ ਸਿਰਫ ਸਾਡੀ ਵੀਡੀਓ ਇਸ ਵਾਸਤੇ ਕੱਟੀ ਗਈ ਕਿ ਅਸੀਂ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਹੈ। ਆਓ ਚੱਲਦੇ ਹਾਂ, ਅਸੀਂ ਤੁਹਾਨੂੰ ਦਿਖਾਉਂਦੇ ਹਾਂ ਅੰਮ੍ਰਿਤ ਕੁੰਡ ਬਾਰੇ ਕਿ ਅੰਮ੍ਰਿਤ ਕੁੰਡ ਜਿੱਥੋਂ ਅੰਮ੍ਰਿਤ ਕੁੰਡ ਜਾਰੀ ਹੋਇਆ ਸੀ, ਇਹ ਹੈ ਜੀ ਸਰੋਵਰ। ਇਹ ਨੈਚੁਰਲ ਸਰੋਵਰ ਹੈ, ਕੋਈ ਆਰਟੀਫਿਸ਼ਲ ਸਰੋਵਰ ਨਹੀਂ ਹੈ, ਜਿੱਥੋਂ ਕਿ ਬਾਬਾ ਗੁਰੂ ਨਾਨਕ ਸਾਹਿਬ ਦੇ ਪੈਰ ਪੈਣ ਤੋਂ ਬਾਅਦ ਇਸ ਜਗ੍ਹਾ ਦੇ ਉੱਤੇ ਅੰਮ੍ਰਿਤ ਕੁੰਡ ਜਾਰੀ ਹੋਇਆ ਕਿ ਇੱਥੇ ਕਿਲ੍ਹਾ ਨਿਵਾਸੀ, ਅੱਜ ਇੱਥੇ ਘੱਟੋ ਘੱਟ 400 ਘਰ ਹੈ ਔਰ ਇੱਥੇ ਦਾ ਪਾਣੀ ਜਿਹੜਾ ਲਾਗੇ ਹੀ ਬੋਰਿੰਗ ਕਰਕੇ ਇੱਕ ਖੂਹ ਬਣਾ ਕੇ ਉਹਦੇ ਵਿੱਚੋਂ ਦਿੱਤਾ ਗਿਆ ਪਾਣੀ ਸੰਗਤ ਨੂੰ, ਪੂਰੀ ਕਿਲ੍ਹਾ ਨਿਵਾਸੀਆਂ ਨੂੰ। ਲਓ ਜੀ, ਇੱਥੇ ਕਦੀ ਪਾਲਕੀ ਬਣੀ ਹੁੰਦੀ ਸੀ ਮਾਰਬਲ ਦੀ, ਗੁਰੂ ਖੰਡਾ ਸਾਹਿਬ ਬਣਿਆ ਹੋਇਆ ਔਰ ਨਾਲ ਦੀ ਨਾਲ ਹੀ ਅੰਮ੍ਰਿਤ ਕੁੰਡ ਵੀ ਲਿਖਿਆ ਹੋਇਆ। ਥੱਲੋਂ ਇਹ ਪੂਰੀ ਜਿਹੜੀ ਹੈ ਇਹ ਪਾਲਕੀ ਬਣੀ ਹੋਈ ਹੈ ਔਰ ਜਲ ਦੇ ਵਿੱਚ ਕੁਦਰਤੀ ਤੌਰ 'ਤੇ ਮੱਛੀਆਂ ਵੀ ਮੌਜੂਦ ਨੇ ਇੱਥੇ ਆਲਰੇਡੀ। 84 ਦੇ ਕਰੀਬ ਜਿਹੜੀਆਂ ਨੇ ਉਹ ਤਖਤੀਆਂ ਮੌਜੂਦ ਸਨ ਟਹਿਲ ਸੇਵਾ ਕਰਵਾਈ ਦੀਆਂ, ਜਿਨ੍ਹਾਂ ਦੇ ਪੁਰਖਾਂ ਨੇ, ਖੁਸ਼ਕਿਸਮਤ ਸਨ ਜਿਨ੍ਹਾਂ ਨੇ ਇੱਥੇ ਇਹ ਜਿਹੜੀ ਸੇਵਾ ਜਿਹੜੀ ਸੀ ਉਹ ਕੀਤੀ ਸੀ। ਇਹ ਤੁਸੀਂ ਦੇਖ ਸਕਦੇ ਹੋ, ਇਹ ਸਾਰੀਆਂ ਸੇਵਾ ਕਰਵਾਈਆਂ ਇੱਕ ਓਨਕਾਰ ਤੋਂ ਬਾਅਦ ਸਾਰੇ ਲੋਕਾਂ ਦੇ ਨਾਮ ਲਿਖੇ ਹੋਏ ਨੇ। ਕੁਛ ਸੇਵਾ ਕਰਵਾਈਆਂ ਜਿਨ੍ਹਾਂ ਲੋਕਾਂ ਦੇ ਗ੍ਰੈਂਡ ਪੇਰੈਂਟਸ ਦੀਆਂ ਸਨ ਉਹ ਲੈ ਕੇ ਚਲੇ ਗਏ, ਬਾਕੀ ਜਿਹੜੀਆਂ ਨੇ ਉਹ ਇੱਥੇ ਲੱਗੀਆਂ ਹੋਈਆਂ ਨੇ। ਅਤੇ ਫਿਰ ਇੱਕ ਵਾਰੀ ਕਹਾਂਗਾ ਵਧਾਈਆਂ 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 ਗੁਰੂ ਪਿਆਰੀ ਸੰਗਤ ਜੀ, ਤੁਹਾਨੂੰ ਲੱਖੋ ਲੱਖ ਵਧਾਈਆਂ ਕਿ ਇਹ ਗੁਰਦੁਆਰਾ ਚਵਾ ਬਾਬਾ ਗੁਰੂ ਨਾਨਕ ਸਾਹਿਬ ਗੋਇੰਗ ਟੂ ਓਪਨ। ਜਿਸ ਤਰ੍ਹਾਂ ਕਿ ਕੁਛ ਦਿਨ ਪਹਿਲੇ ਅਸੀਂ ਤੁਹਾਨੂੰ ਸਾਧ ਸੰਗਤ ਦੇ ਰਾਹੀਂ ਖਾਰਾ ਸਾਹਿਬ ਪੰਜਾਬੀ ਲਹਿਰ ਦੇ ਜ਼ਰੀਏ ਅਸੀਂ ਤੁਹਾਨੂੰ ਖਾਰਾ ਸਾਹਿਬ ਦੇ ਦਰਸ਼ਨ ਕਰਵਾਏ ਸਨ। ਵੈਸੇ ਤਾਂ ਸਫ਼ਰ ਜਿਹੜਾ ਸੀ ਕਲਿਆਂ ਸ਼ੁਰੂ ਕੀਤਾ, ਫਿਰ ਸੁਰਜੀਤ ਸਿੰਘ ਹੋਥੀ ਜੀ, ਦਲਵੀਰ ਸਿੰਘ ਪੰਨੂ ਜੀ, ਗੁਰਪ੍ਰੀਤ ਸਿੰਘ ਆਨੰਦ ਜੀ, ਫਿਰ ਮਿਰਜ਼ਾ ਸਫਦਰ ਬੇਗ ਸਾਹਿਬ ਵੀ ਸਾਡੇ ਨਾਲ ਸਾਰੇ ਮੌਜੂਦ ਨੇ। ਜੀ ਮਿਰਜ਼ਾ ਸਾਹਿਬ, ਕੈਸਾ ਅੱਜ ਮਹਿਸੂਸ ਹੋ ਰਿਹਾ ਕਿ 6 ਸਾਲ ਪਹਿਲੇ ਪਹਿਲੀ ਵਾਰੀ ਤੁਸੀਂ ਨਾਮ ਲਿਆ ਸੀ ਇਸ ਗੁਰਦੁਆਰਾ ਸਾਹਿਬ ਦਾ? ਮੈਂ ਇਹ ਕਹਿਣਾ ਕਿ ਮੇਰੇ ਤੋਂ ਜ਼ਿਆਦਾ ਖੁਸ਼ੀ ਕਿਹਨੂੰ ਹੋ ਸਕਦੀ ਹੈ ਕਿ ਮੈਂ ਇਸ ਗੁਰਦੁਆਰਾ ਸਾਹਿਬ ਨੂੰ ਹਾਈਲਾਈਟ ਉਸ ਵੇਲੇ ਕਰਨਾ ਸ਼ੁਰੂ ਕੀਤਾ ਜਿਸ ਵੇਲੇ ਇੱਥੇ ਸੰਗਤਾਂ ਅਤੇ ਆਮ ਲੋਕ ਵੀ ਨਹੀਂ ਸੀ ਆਉਂਦੇ, ਕਿਉਂਕਿ ਕਿਸੇ ਨੂੰ ਪਤਾ ਵੀ ਨਹੀਂ ਸੀ। ਖਾਸ ਕਿਤਾਬਾਂ ਵਿੱਚ ਇਹਦਾ ਜ਼ਿਕਰ ਹੈ ਸੀ, ਮਗਰ ਲੋਕਾਂ ਨੂੰ ਇਹ ਨਹੀਂ ਸੀ ਪਤਾ ਕਿ ਅੱਜ ਹੁਣ ਉਹ ਗੁਰਦੁਆਰਾ ਸਾਹਿਬ ਹੈ ਜਾਂ ਨਹੀਂ ਹੈ। ਇਹ ਪੂਰਾ ਜੰਗਲ ਹੀ ਸੀ ਇੱਕ ਕਿਸਮ ਦਾ, ਅਤੇ ਰੋਹਤਾਸ ਦੇ ਉੱਤੇ ਅਗਰ ਲੋਕ ਆਉਂਦੇ ਵੀ ਸਨ ਰੋਹਤਾਸ ਵਿਜ਼ਿਟਰ, ਤਾਂ ਰੋਹਤਾਸ ਦੇ ਅੰਦਰ ਕ੍ਰਿਕਟ ਚਲੇ ਜਾਂਦੇ ਸਨ, ਬਾਹਰ ਸੀ। ਖੈਰ ਪਿਛਲੇ 5-6 ਸਾਲ ਵਿੱਚ ਦੇਖ ਲਓ ਸਫਾਈ ਹੋਈ,
ਦਰਵਾਜ਼ਾ ਲੱਗਾ, ਖਿੜਕੀਆਂ ਉੱਪਰ ਲੱਗੀਆਂ, ਇਹ ਸਾਰਾ ਕੰਮ ਹੋ ਗਿਆ। ਔਰ ਇਸ ਸਾਲ ਹੀ ਸੰਗਤ ਵਾਸਤੇ ਖੁਸ਼ਖਬਰੀ ਹੈ ਕਿ 2019 ਦੇ ਵਿੱਚ ਹੀ ਇੱਕ ਹੋਰ ਖੁਸ਼ਖਬਰੀ ਵੀ ਸੁਣਾ ਦਿਓ ਨਾਲ ਹੀ ਟਿੱਲਾ ਦੀ ਵੀ। ਹਾਂਜੀ, ਟਿੱਲਾ ਜੋਗੀਆਂ ਦੇ ਬਾਰੇ 'ਚ, ਕਿਉਂਕਿ ਟਿੱਲਾ ਜੋਗੀਆਂ ਇੱਥੋਂ ਤਕਰੀਬਨ 23 ਕਿਲੋਮੀਟਰ ਹੈ, ਔਰ ਉੱਥੇ ਜਿਹੜੇ ਜੋਗੀਆਂ ਦੇ ਅਸਥਾਨ ਵੀ ਨੇ, ਮੰਦਰ ਵੀ ਨੇ, ਔਰ ਬਾਬਾ ਗੁਰੂ ਨਾਨਕ ਜੀ ਦਾ ਉੱਥੇ ਜਾ ਆਉਣਾ ਵੀ ਸਾਬਤ ਹੈ ਜਨਮ ਸਾਖੀਆਂ ਔਰ ਹਿਸਟਰੀ ਦੇ ਮੁਤਾਬਿਕ, ਅਤੇ ਉਹਦੇ ਵਾਸਤੇ ਵੀ ਮੇ ਬੀ ਅਗਸਤ ਦੇ ਵਿੱਚ ਉਸ ਰਸਤੇ ਦਾ ਇਫਤਤਾਹ ਹੋ ਜਾਏ ਜਿਸ ਦਾ ਨਾਂ ਗੁਰੂ ਨਾਨਕ ਜੀ ਫੁੱਟ ਸਟੈਪਸ ਦਿੱਤਾ ਗਿਆ ਹੈ। ਇਨ ਦੀ ਫੁੱਟ ਸਟੈਪਸ ਆਫ ਬਾਬਾ ਗੁਰੂ ਨਾਨਕ ਸਾਹਿਬ। ਉਹ ਜਿਹੜਾ ਉਹ ਅਕਸਰ ਲੋਕ ਕਹਿੰਦੇ ਸਨ ਜੀ ਟਿੱਲਾ ਜਾਣਾ, ਟਿੱਲਾ ਜਾਣਾ, ਅਤੇ ਜਿਹੜਾ ਇੱਥੋਂ ਪਹਾੜੀ ਸਾਰਾ ਰਸਤਾ ਹੈ ਉਹ ਕੁਝ ਬਿਹਤਰ ਕਰਕੇ ਉਹਨੂੰ ਥੋੜ੍ਹਾ ਬਹੁਤ ਚਾਹੇ ਗੱਡੀ ਛੱਡੀ ਜੀਪ ਸ਼ੀਪ ਜਿਹੜੀ ਹੈ ਜਾਣੇ ਦੇ ਰਸਤਾ ਬਿਹਤਰ ਹੋ ਜਾਵੇ। ਇਹ ਵੀ ਖੁਸ਼ਖਬਰੀ, ਔਰ ਇਹ ਖੁਸ਼ਖਬਰੀ ਇਨਸ਼ਾਅੱਲਾ ਅਗਲੇ ਮਹੀਨੇ ਹੋ ਸਕਦਾ ਅਸੀਂ ਲਾਈਵ ਵੀਡੀਓ ਹੋਰ ਕਰਕੇ ਤੁਹਾਨੂੰ ਇਹ ਸੁਣਾਈਏ ਕਿ ਟਿੱਲਾ ਜੋਗੀਆਂ ਵਾਸਤੇ ਵੀ, ਕਿਉਂਕਿ ਇਹ ਵੀ ਪ੍ਰਪੋਜ਼ਲ ਗਵਰਨਮੈਂਟ ਆਫ ਪੰਜਾਬ ਤੱਕ ਪਹੁੰਚ ਚੁੱਕਿਆ, ਔਰ ਉਹਦੇ ਵਾਸਤੇ ਵੀ ਫੰਡ ਜਿਹੜਾ ਉਹ ਪਕਾ। ਮਿਰਜ਼ਾ ਸਾਹਿਬ, 6 ਸਾਲ ਪਹਿਲੇ ਅਸੀਂ ਇੱਕ 4 ਮੈਗਾਪਿਕਸਲ ਦੇ ਕੈਮਰੇ ਤੋਂ ਮਤਲਬ ਕਿ ਸ਼ੁਰੂ ਕੀਤਾ ਸੀ, ਤੁਹਾਨੂੰ ਵੀ ਯਾਦ ਹੋਏਗਾ ਤੁਹਾਡਾ ਵੀ ਕੈਮਰਾ ਰਸਤੇ 'ਚ ਬੰਦ ਹੋ ਜਾਂਦਾ ਸੀ ਔਰ ਮੇਰਾ ਕੈਮਰਾ ਵੀ ਰਸਤੇ 'ਚ ਬੰਦ ਹੋ ਜਾਂਦਾ ਸੀ, ਅਤੇ ਅੱਜ ਟੈਕਨੋਲੋਜੀ 4G 'ਤੇ ਆ ਗਈ, ਅਸੀਂ ਉਹੀ ਸਾਰਾ ਕੁਝ ਜਿਹੜਾ 4G ਦੇ ਉੱਤੇ ਲੈ ਕੇ ਆ ਗਏ ਹਾਂ, ਅਤੇ ਕਿਸ ਤਰ੍ਹਾਂ ਦਾ ਫੀਲ ਹੋ ਰਿਹਾ? ਜ਼ਾਹਿਰ ਹੈ ਜੀ, ਵਕਤ ਦੇ ਨਾਲ ਨਾਲ ਟੈਕਨੋਲੋਜੀ ਜੈਸੇ ਜੈਸੇ ਅੱਗੇ ਜਾਂਦੀ ਹੈ, ਬਲਕਿ 4G ਕਿ ਜਾਂ ਮੈਗਾਪਿਕਸਲ ਕਿ ਉਹ ਫਿਲਮ ਵਾਲੇ ਕੈਮਰੇ ਜਿਹੜੇ ਨੇ ਉਹ ਵੀ ਮੈਂ ਯੂਜ਼ ਕਰਦਾ ਰਿਹਾ, ਇਸੇ ਰੋਹਤਾਸ ਦੀ ਔਰ ਇਸੇ ਗੁਰਦੁਆਰਾ ਸਾਹਿਬ ਦੀ ਫੋਟੋਆਂ ਬਣਾ ਕੇ ਮੇਰੇ ਕੋਲ ਪਈਆਂ ਅਜੇ ਵੀ, ਉਹ ਜਿਹੜੇ ਫਿਲਮ ਬਕਾਇਦਾ ਦਿੱਤੀ ਜਾਂਦੀ ਸੀ ਲੈਬਾਰਟਰੀ, ਫਿਰ ਉਹਦੀਆਂ ਫੋਟੋਆਂ ਆਉਂਦੀਆਂ ਸਨ। ਅਤੇ ਖੈਰ, ਉਹਦਾ ਇਹ ਹੋਇਆ ਕਿ ਸੋਸ਼ਲ ਮੀਡੀਆ ਵੀ ਜ਼ਿਆਦਾ ਹਾਈਲਾਈਟ, ਸੋਸ਼ਲ ਮੀਡੀਆ ਤੇਜ਼ੀ ਨਾਲ ਫੈਲਿਆ, ਫਿਰ ਨਈ ਟੈਕਨੋਲੋਜੀ ਆਈ ਲੋਕਾਂ ਤੱਕ, ਕਿਸੇ ਗੁਰਦੁਆਰਾ ਔਰ ਦੀਗਰ ਜਗ੍ਹਾ ਜਿੱਥੇ ਜਿੱਥੇ ਅਸੀਂ ਜਾਂਦੇ ਹਾਂ ਲੋਕਾਂ ਨੂੰ ਪਤਾ ਲੱਗਾ ਔਰ ਲੋਕ ਜੁੜਦੇ ਗਏ ਸੰਗਤਾਂ ਦੀ ਦਿਲਚਸਪੀ ਨੂੰ ਦੇਖਦੇ ਹੋਇਆਂ। ਫਿਰ ਅੱਜ ਤੁਸੀਂ ਦੇਖ ਲਓ ਕਿ ਇਸ ਗੁਰਦੁਆਰਾ ਸਾਹਿਬ ਨੂੰ ਵੀ ਅਗਲੇ ਹਫ਼ਤੇ ਜਾਂ ਉਸ ਤੋਂ ਅਗਲੇ ਹਫ਼ਤੇ ਬਾਕਾਇਦਾ PSGPC ਜਿਹੜਾ ਉਹ ਉਹਨਾਂ ਨੇ ਕਿਹਾ ਕਿ ਇਸ ਨੂੰ ਓਪਨ ਕਰਤਾ ਹੈ ਇਨਸ਼ਾਅੱਲਾ। ਜਿਹੜੀ ਇਸ ਗੁਰਪੁਰਬ 'ਤੇ ਜਿਹੜੀਆਂ ਸੰਗਤਾਂ ਆਉਣਗੀਆਂ ਉਹ ਉਮੀਦ ਹੈ ਕਿ ਇੱਥੇ ਵੀ, ਔਰ ਪਿਛਲੇ 2-3 ਸਾਲ ਵਿੱਚ ਤਾਂ ਸੰਗਤਾਂ ਹਰ ਸਾਲ ਕੈਨੇਡਾ, ਆਸਟ੍ਰੇਲੀਆ, ਅਮੈਰੀਕਾ ਤੋਂ ਆ ਰਹੀਆਂ ਨੇ ਇਸ ਜਗ੍ਹਾ 'ਤੇ ਵੀ। ਜੀ ਬਿਲਕੁਲ, ਮੈਂ ਵੀ ਲੈ ਕੇ ਆ ਰਿਹਾ, ਤੁਸੀਂ ਵੀ ਲੈ ਕੇ ਆ ਰਹੇ ਹੋ? ਬਿਲਕੁਲ, ਇਸ ਜਗ੍ਹਾ 'ਤੇ ਆ ਰਹੀਆਂ ਹਨ, ਅਤੇ ਇਸ ਦਫ਼ਾ ਗੁਰਪੁਰਬ 'ਤੇ ਜਿਹੜੀਆਂ ਸੰਗਤਾਂ ਆਉਣਗੀਆਂ ਗੁਰਪੁਰਬ ਤੋਂ ਪਹਿਲਾਂ, ਉਹ ਕੁਝ ਪਹਿਲਾਂ ਵੀ ਦਰਸ਼ਨ ਕਰਨਗੀਆਂ, ਗੁਰਪੁਰਬ ਤੋਂ ਬਾਅਦ ਵੀ ਇੱਥੇ ਦਰਸ਼ਨ ਕਰਨਗੀਆਂ, ਅਤੇ ਬੜੀ ਖੁਸ਼ੀ ਦੀ ਗੱਲ ਹੈ ਜੀ। ਮੇਰੇ ਤੋਂ ਜ਼ਿਆਦਾ ਖੁਸ਼ੀ ਕਿਸ ਨੂੰ ਹੋਵੇ? ਆਓ ਜੀ, ਇਜ਼ਰਾ ਤੁਸੀਂ ਲਵੋ, ਅਤੇ ਨਾਲ ਨਾਲ ਅਸੀਂ ਗੱਲ ਕਰਨੇ ਹਾਂ ਕਿ ਉਹੀ ਗੱਲ ਹੈ ਕਿ ਇੱਕ ਹਿਸਟਰੀ ਲਵਰ ਨੂੰ, ਇੱਕ ਹਿਸਟੋਰੀਅਨ ਨੂੰ, ਇੱਕ ਤਾਰੀਖਦਾਨ ਨੂੰ, ਇੱਕ ਤਵਾਰੀਖਦਾਨ ਨੂੰ, ਇੱਕ ਖਾਲਸਾ ਰਾਜਪੂਤ ਸਟੈਪਸ ਦੇ ਉੱਤੇ ਕੰਮ ਕਰਨ ਵਾਲੇ ਬੰਦੇ ਨੂੰ, ਇੱਕ ਪੈਸ਼ਨੇਟ ਬੰਦੇ ਨੂੰ ਕਿੰਨਾ ਕੁ ਖੁਸ਼ੀ ਹੋ ਸਕਦੀ ਹੈ ਤੁਸੀਂ ਮੇਰੇ ਚਿਹਰੇ ਤੋਂ ਹੀ ਜਾਣ ਸਕਦੇ ਹੋ। ਅਸੀਂ ਅੱਜ ਸਵੇਰ ਦੇ ਆਏ ਹੋਏ ਹਾਂ, ਸਾਡਾ ਇੱਥੇ ਇੱਕ ਪੂਰੀ ਕੋਸਟਿੰਗ CTCM ਦੀ USIP ਦੀ, ਅਤੇ ਅਸੀਂ ਉਹ ਪ੍ਰੋਗਰਾਮ ਰਿਕਾਰਡ ਕਰ ਰਹੇ ਸੀ, ਅਤੇ ਅਸੀਂ ਕੋਸ਼ਿਸ਼ ਕੀਤਾ ਕਿ ਨਾਲ ਨਾਲ ਕਿਉਂ ਨਾ ਅਸੀਂ ਸੰਗਤਾਂ ਨੂੰ ਵੀ ਮੁਬਾਰਕਬਾਦ ਦੇਈਏ। ਔਰ PSVGC ਦਾ ਇਹਦੇ 'ਚ ਬਹੁਤ ਵੱਡਾ ਹੱਥ ਹੈ ਕਿ ਨਵੀਂ ਕਮੇਟੀ ਆਉਂਦਿਆਂ ਹੀ ਇੰਨੀ ਤੇਜ਼ੀ ਨਾਲ ਹਰਕਤ ਦੇ ਵਿੱਚ ਆਈ ਹੈ, ਸਾਡਾ ਦਿਲ ਤੋਂ ਉਹਨਾਂ ਨੂੰ ਸਲੂਟ ਹੈ, ETPP ਨੂੰ ਦਿਲ ਤੋਂ ਸਲੂਟ ਹੈ। ਫਿਰ ਉਸ ਤੋਂ ਬਾਅਦ ਮੈਂ ਕਹਾਂਗਾ ਕਿ ਸਾਡੇ ਜਿਹੜੇ ਬੈਨਲ ਕੌਮੀ ਮਜ਼ਬੀ ਹਾਵਾਂਗੀ, ਅਤੇ ਉੱਥੇ ਜਿਹੜੀ ਮਿਨਿਸਟਰੀ ਸਾਡੀ ਜਿਹੜੀ ਹੈ ਮਿਨਿਸਟਰੀ ਆਫ ਇੰਟਰਫੇਥ ਰਿਲੀਜਨ ਹਾਰਮਨੀ ਦੇ ਉੱਤੇ ਜਿਹੜੇ ਕੰਮ ਕਰ ਰਹੇ ਨੇ, ਮੈਂ ਉਹਨਾਂ ਨੂੰ ਕਹਾਂਗਾ ਕੋਟੀ ਕੋਟੀ ਮੇਰਾ ਸੱਤ ਸੱਤ ਉਹਨਾਂ ਨੂੰ ਮੇਰਾ ਸਲਾਮ ਹੈ ਕਿ ਇਹ ਉਹ ਜਗ੍ਹਾ ਜਿਹੜੀਆਂ ਕਿ ਡਿੱਗਣ ਵਾਲੀਆਂ ਸਨ, ਇਹ ਉਹ ਜਿਹੜੀਆਂ ਜਗ੍ਹਾ ਢਹਿਣ ਵਾਲੀਆਂ ਸਨ, ਉਹਨਾਂ ਨੂੰ ਤੁਸੀਂ ਦੁਬਾਰਾ ਤੋਂ ਪ੍ਰਿਜ਼ਰਵ ਕਰ ਰਹੇ ਹੋ। ਰੱਬ ਸੋਹਣਾ ਵੀ ਟੁੱਟੇ ਦਿਲਾਂ ਨੂੰ ਜੋੜਨ 'ਤੇ ਖੁਸ਼ ਹੁੰਦਾ। ਰੱਬ ਸੋਹਣੇ ਨੇ ਵੀ ਇਹੀ ਫਰਮਾਇਆ ਕਿ ਕਿਤੇ ਵੀ ਕਿਸੇ ਵੀ ਮਸਜਿਦ, ਕਿਸੇ ਵੀ ਗੁਰਦੁਆਰੇ, ਕਿਸੇ ਵੀ ਮੰਦਰ ਨੂੰ ਨਾ ਤੋੜਿਆ ਜਾਵੇ, ਕਿਉਂਕਿ ਹਰ ਜਗ੍ਹਾ ਜਿਹੜੀ ਹੈ, ਹਰ ਜਗ੍ਹਾ ਹਰ ਮਜ਼ਹਬ ਵਾਸਤੇ ਬਹੁਤ ਪਵਿੱਤਰ ਹੁੰਦੀ ਹੈ ਉਹ ਅਸਥਾਨ। ਉਹਦੇ ਵਾਸਤੇ ਮੈਂ ਕਹਿੰਦਾ ਵਾਂ ਕਿ ਮੇਰੀਆਂ ਅੱਖਾਂ ਦੇ ਵਿੱਚ ਅਥਰੂ ਨੇ ਕਿ ਅੱਜ ਕਿੰਨੀ ਖੁਸ਼ੀ ਹੈ, ਕਿੰਨੀ ਖੁਸ਼ੀ ਹੈ, ਉਹਦਾ ਮੈਂ ਤੁਹਾਨੂੰ ਇਜ਼ਹਾਰ ਨਹੀਂ ਕਰ ਸਕਦਾ। ਆਓ ਥੋੜ੍ਹਾ ਜਿਹਾ ਮਿਰਜ਼ਾ ਸਾਹਿਬ ਥੋੜ੍ਹਾ ਜਿਹਾ ਚੱਲ ਕੇ ਅਸੀਂ ਨਾਲ ਦੀ ਨਾਲ ਜਿਹੜਾ ਉਹ ਦਰਸ਼ਨ ਕਰਾ ਦਈਏ। ਗੁਰਬਾਣੀ ਦੇ ਸ਼ਬਦ ਨੇ ਜੀ ਇੱਧਰ ਲਿਖੇ ਹੋਏ, ਚਿੰਤ ਅਚਿੰਤਾ ਸਗਲੀ ਗਈ, ਨਾਨਕ 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 ਮਾਈ। ਇਹ ਇਸ ਪਾਸੇ ਵੀ ਲਿਖੇ ਹੋਏ ਨੇ, ਦੂਸਰੀ ਸਾਈਡ 'ਤੇ ਵੀ ਜਿਹੜੇ ਸ਼ਬਦ ਹਨ ਗੁਰਬਾਣੀ ਦੇ, ਦੂਸਰੇ ਦਰਵਾਜ਼ੇ ਦੇ ਉੱਪਰ 4 ਦਰਵਾਜ਼ੇ ਨੇ ਇਸ 'ਤੇ ਵੀ। ਇਹ ਜਿਸ ਜਗ੍ਹਾ 'ਤੇ ਅਸੀਂ ਇਸ ਵੇਲੇ ਚੱਲ ਰਹੇ ਹਾਂ, ਇਹ ਅੱਜ ਤੋਂ 5 ਸਾਲ ਜਾਂ 6 ਸਾਲ ਪਹਿਲਾਂ ਇਸ ਜਗ੍ਹਾ 'ਤੇ ਬੰਦਾ ਪੈਰ ਨਹੀਂ ਸੀ ਰੱਖ ਸਕਦਾ ਕਿ ਇੱਥੇ ਜੰਗਲੀ ਕਿੱਕਰ ਸੀ ਔਰ ਸਾਰਾ ਕੁਝ ਹੈ। ਔਰ ਇਹ ਗੁਰਦੁਆਰਾ ਸਾਹਿਬ ਦੇ ਪਿੱਛੇ ਜਿਹੜੀ ਖੂਹੀ ਹੈ ਉਹ ਵੀ, ਔਰ ਪਿੱਛੇ ਵੀ ਮਾਲਟੇ ਔਰ ਲਗਾਏ ਗਏ ਨੇ ਤਲਾਕੀ ਗੇਟ ਦੇ ਸਾਹਮਣੇ ਜੀ। ਬਹੁਤ ਜੀ ਪੈਰ ਸੜਦੇ ਪਏ ਨੇ, ਸੌਣ ਦੀ ਧੁੱਪ ਜਿਹੜੀ ਆ ਖਲੋਣ ਨਹੀਂ ਦਿੰਦੀ ਪਈ, ਲੇਕਿਨ ਮੇਰਾ ਪੈਸ਼ਨ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਉਹਦੇ ਅੱਗੇ ਮੈਨੂੰ ਨਹੀਂ
ਕਿਉਂਕਿ ਜੁੱਤੀ ਮੈਂ ਪਾ ਨਹੀਂ ਸਕਦਾ ਇਸ ਵਾਸਤੇ ਕਿ ਗੁਰਦੁਆਰਾ ਸਾਹਿਬ ਹੁਣ ਖੁੱਲ੍ਹਣ ਵਾਸਤੇ ਜਾ ਰਿਹਾ। ਸੋ ਇਸ ਵਾਸਤੇ ਮੈਂ ਹੀ ਕਹਾਂਗਾ ਕਿ ਲੱਖੋ ਲੱਖ ਵਧਾਈਆਂ 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 ਜੀ, ਇੱਥੋਂ ਸਾਰੇ ਦਰਸ਼ਨ ਕਰਾਓ। ਜਲ ਦੇ ਵਿੱਚ ਦੇਖੋ ਜੀ ਕਿਸ ਤਰ੍ਹਾਂ ਫਿਰ ਰਹੀਆਂ ਮੱਛੀਆਂ ਵੀ ਨੇ ਜੀ। ਗੁਰਦੁਆਰਾ ਸਾਹਿਬ ਦਾ ਵਿਊ ਤੁਸੀਂ ਪਾਣੀ ਦੇ ਵਿੱਚ ਸਰੋਵਰ ਦੇ ਵਿੱਚ ਰਿਫਲੈਕਸ਼ਨ ਜਿਹੜੀ ਹੈ ਉਸ ਦੇਖ ਸਕਦੇ ਹੋ। ਔਰ ਇਹ ਗੁਰਦੁਆਰਾ ਸਾਹਿਬ ਦਾ ਮੁਕੰਮਲ ਵਿਊ ਤੁਸੀਂ ਦੇਖ ਸਕਦੇ ਹੋ ਜੀ। ਜੀ ਮੈਂ ਉਸ ਪਾਸੇ ਵੀ ਆ ਰਿਹਾ। ਮੁਕੰਮਲ ਵਿਊ ਉੱਪਰ ਜਾਲੀ ਦਾ ਖੂਬ ਸੋਹਣਾ ਕੰਮ ਹੋਇਆ। ਔਰ ਉਹ ਮੇਨ ਦਰਵਾਜ਼ਾ ਜੀ, ਔਰ ਉਹਦੇ ਨਾਲ ਪਾਣੀ ਅੱਜ ਵੀ ਜਿਹੜਾ ਰੋਹਤਾਸ ਦੇ ਆਬਾਦੀ ਨੂੰ ਅੰਦਰ ਸਪਲਾਈ ਕੀਤਾ ਜਾ ਰਿਹਾ, ਉਹ ਮੋਟਰ ਲੱਗੀ ਹੋਈ ਹੈ। ਇਹ ਪੌਣਾ ਜੀ ਫੀਮੇਲ ਬਾਥ ਹੈ ਜੀ, ਔਰਤਾਂ ਵਾਸਤੇ, ਔਰਤਾਂ ਦੇ ਇਸ਼ਨਾਨ ਦੀ ਜਗ੍ਹਾ। ਇਹਦੇ ਅੰਦਰ ਵੀ ਪਲੇਟਾਂ ਲੱਗੀਆਂ, ਕੁਝ ਹੈਨ ਕੁਝ ਖਤਮ ਹੋ ਗਈਆਂ, ਉਹ ਪਾਰ ਕੁਝ ਪਲੇਟਾਂ ਲੱਗੀਆਂ। ਅਤੇ ਇੱਥੋਂ ਪਾਣੀ ਓਵਰ ਫਲੋਕ ਹੈ, ਬਾਹਰ ਵੀ ਬਾਹਰ ਵੀ ਜਾਂਦਾ। ਅਤੇ ਇਹ ਜਨਾਬ ਇਸਦਾ ਤੁਸੀਂ ਸੋਹਣਾ ਵਿਊ ਦੇਖ ਸਕਦੇ ਹੋ ਇੱਥੋਂ ਗੁਰਦੁਆਰਾ ਚੂਹਾ ਸਾਹਿਬ ਪਹਿਲੀ ਪਾਤਸ਼ਾਹੀ। ਹਾਂਜੀ ਇਹ ਬਿਲਕੁਲ ਜਨਾਬ, ਇਹ ਆਫਿਸ਼ੀਅਲ ਵੀਡੀਓ ਹੈ, ਔਰ ਇਸਨੂੰ ਕੋਈ ਵੀ ਕਾਪੀ ਕਰਕੇ ਆਪਣੇ ਚੈਨਲ 'ਤੇ ਨਹੀਂ ਚਲਾ ਸਕਦਾ। ਇਹ ਵਾਰਨਿੰਗ ਹੈ, ਵਰਨਾ ਕਾਪੀ ਰਾਈਟਸ ਦਾ ਕਲੇਮ ਕੀਤਾ ਜਾ ਸਕਦਾ। ਅਤੇ ਗੁਰਦੁਆਰਾ ਚੋਹਾ ਸਾਹਿਬ, ਗੁਰਦੁਆਰਾ ਚੋਹਾ ਬਾਬਾ ਗੁਰੂ ਨਾਨਕ ਜੀ ਪਹਿਲੀ ਪਾਤਸ਼ਾਹੀ ਸਰੋਵਰ, ਔਰ ਸਰੋਵਰ ਦੇ ਅੰਦਰ ਟਾਇਲ ਲੱਗੀ ਹੋਈ ਹੈ ਸਾਈਡ 'ਤੇ। ਇਹ ਤਕਰੀਬਨ 8 ਫੁੱਟ ਸਰੋਵਰ ਦੀ ਜਿਹੜੀ ਹੈ ਉਹ ਗਹਿਰਾਈ ਹੈ 8 ਫੁੱਟ। ਥੱਲੇ ਵੀ ਪਲੇਟ ਲੱਗੀ ਹੋਈ ਹੈ, ਔਰ ਇੱਥੇ ਚੂੰਕਿ ਹਰ ਵਕਤ ਪਾਣੀ ਰਹਿੰਦਾ, 12 ਮਹੀਨੇ ਪਾਣੀ ਰਹਿੰਦਾ। ਇਸ ਮੌਸਮ ਦੇ ਵਿੱਚ ਜ਼ਰਾ ਪਾਣੀ ਚਸ਼ਮੇ ਦਾ ਥੋੜ੍ਹਾ ਘੱਟ ਜਾਂਦਾ ਗਰਮੀ ਦੀ ਵਜ੍ਹਾ ਤੋਂ, ਮਗਰ ਬਰਸਾਤ ਦੇ ਵਿੱਚ ਦੁਬਾਰਾ ਇਹ ਫਿਰ ਤੇਜ਼ੀ ਨਾਲ ਪਾਣੀ ਆਏਗਾ। ਔਰ ਇਹ ਪਾਣੀ ਸੁੱਕਿਆ ਕਦੇ ਨਹੀਂ ਹੈ। ਮੈਂ ਜਿਤਨਾ ਅਰਸਾ ਹੋ ਗਿਆ ਆਉਂਦਿਆਂ ਇੱਥੇ, ਮੈਂ ਨਹੀਂ ਅੱਜ ਤੱਕ ਦੇਖਿਆ ਕਿ ਇਹ ਚੋਹਾ ਸਾਹਿਬ ਕਦੀ ਸੁੱਕਿਆ ਨਜ਼ਰ ਆਇਆ ਹੋਵੇ। ਪਾਣੀ ਮੁਸਲਸਲ ਇਸਦਾ ਆ ਰਿਹਾ ਹੁੰਦਾ। ਔਰ ਇਹ ਸੀੜੀਆਂ ਨੇ ਉੱਪਰ ਜਾਣ ਵਾਲੀਆਂ, ਉੱਪਰ ਦੇ ਤੁਸੀਂ ਦੇਖ ਸਕਦੇ ਹੋ ਇਹ 3 ਮੰਜ਼ਿਲਾ ਗੁਰਦੁਆਰਾ ਸਾਹਿਬ ਹੈ। ਇਹ ਖਿੜਕੀਆਂ ਨਵੀਆਂ ਲੱਗੀਆਂ ਨੇ, ਇੱਟਾਂ ਵੀ ਲੱਗੀਆਂ, ਤੁਸੀਂ ਦੇਖ ਸਕਦੇ ਹੋ। ਇਹ ਬਾਰੀ ਨਹੀਂ ਲੱਗੀ ਗਈ ਹੈ, ਇਹ ਵੀ ਤੁਸੀਂ ਦੇਖ ਸਕਦੇ ਹੋ। ਦਰਵਾਜ਼ਾ ਮੇਨ ਜਿਹੜਾ ਸ਼ੀਸ਼ੇ ਦਾ ਦਰਵਾਜ਼ਾ, ਔਰ ਉਸਦੇ ਅੱਗੇ ਜਾਲੀ ਦਾ ਦਰਵਾਜ਼ਾ, ਇਹ ਜਿਹੜੇ ਨੇ ਇਹ ਬਿਲਕੁਲ ਇਹ ਹੁਣ ਜਿਹੜੇ ਕੰਮ ਕੀਤੇ ਗਏ ਨੇ ਇਹ ਉਹ ਵਾਲੇ ਕੰਮ ਨੇ। ਚਲੀਏ ਜੀ ਗੁਰਪ੍ਰੀਤ ਸਿੰਘ ਜੀ, ਆਓ ਤੁਹਾਨੂੰ ਅਸੀਂ ਫਸਟ ਫਲੋਰ ਵਾਲੇ ਪਾਸੇ ਲੈ ਕੇ ਉੱਪਰ ਜਾ ਕੇ ਜਾਣੇ ਆ ਜੀ, ਇਹਦਾ ਫਸਟ ਫਲੋਰ ਦੇ ਉੱਤੇ ਦਿਖਾਉਂਦੇ ਆ। ਇਹਦਾ ਸਟਰਕਚਰ ਤਾਰੀਖ ਔਰ ਇਤਿਹਾਸ ਨਾਲ ਦਿਲਚਸਪੀ ਰੱਖਣ ਵਾਲੇ ਲੋਕਾਂ ਵਾਸਤੇ ਇਹ ਇੱਕ ਇਹਦਾ ਸੋਹਣਾ ਜਿਹਾ ਬਣਿਆ। ਔਰ ਇੱਕ ਦਰਵਾਜ਼ਾ ਇੱਥੇ ਸੀ ਕਰਨੇ ਵਾਸਤੇ, ਇਸ ਪਾਸੋਂ ਹਵਾ ਦੀ ਵੈਂਟੀਲੇਸ਼ਨ ਵਾਸਤੇ। ਔਰ ਇਹ ਪੱਥਰ ਜਿਹੜਾ ਹੈ, ਇਹ ਪੱਥਰ ਦਾ ਕੰਮ ਹੈ ਜਿਹੜਾ ਰੋਹਤਾਸ ਦੇ ਅੰਦਰ ਪੱਥਰ ਲੱਗਾ ਹੋਇਆ, ਜਦਕਿ ਗੁਰਦੁਆਰਾ ਸਾਹਿਬ ਦੇ ਅੰਦਰ ਨਾਨਕ ਸ਼ਹੀਦ। ਆਓ ਜੀ ਚੱਲਦੇ ਹਾਂ ਅਸੀਂ ਉੱਤੇ ਜੀ। ਇਹ ਸੀੜੀਆਂ ਜਾ ਰਹੀਆਂ ਜੀ ਫਸਟ ਫਲੋਰ। ਔਰ ਤੁਸੀਂ ਦੇਖੋ ਕਿ ਇਹਦਾ ਬੜਾ ਸੋਹਣਾ ਕੰਮ ਹੋਇਆ, ਪਿੱਲਰ ਬਣੇ ਹੋਏ ਨੇ ਦੇਖੋ ਤੁਸੀਂ, ਔਰ ਮਹਿਰਾਬਾਂ ਜਿਹੀਆਂ ਬਣਾਈਆਂ ਗਈਆਂ ਨੇ। ਇਹ ਫਸਟ ਫਲੋਰ ਹੈ ਇਸ ਵੇਲੇ। ਕੁਝ ਅਬਾਬੀਲਾਂ ਨੇ ਇੱਥੇ ਡੇਰੇ ਲਾਏ ਨੇ, ਕਿਉਂਕਿ ਮੌਸਮ ਹੈ, ਸੀਜ਼ਨ ਹੈ, ਉਹਨਾਂ ਦੇ ਬੱਚੇ ਤੁਹਾਨੂੰ ਨਜ਼ਰ। ਇਹ ਗੁਰਦੁਆਰਾ ਸਾਹਿਬ ਦਾ ਮੇਨ ਦੀਵਾਨ ਸਾਹਿਬ ਹਾਲ ਦੇਖ ਸਕਦੇ ਹੋ ਤੁਸੀਂ, ਇਹ ਹੈ ਅਪਰੂਵ ਫਸਟ ਫਲੋਰ ਤੋਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਅਤੇ ਇਹ ਇਸ 'ਤੇ ਜਨਾਬ ਡਾਟਸ ਗੁਰਦੁਆਰਾ ਸਾਹਿਬ ਪਹਿਲਾ ਸਟੈਪ ਪਹਿਲੇ ਮੰਜ਼ਿਲ 'ਤੇ ਅਸੀਂ। ਅਤੇ ਇਹ ਹਵਾ ਵਾਸਤੇ ਉੱਪਰ ਦੇਖੋ ਤੁਸੀਂ, ਬਹੁਤ ਹੀ ਸੋਹਣਾ ਠੰਡੀ ਹਵਾ ਲੱਗਦੀ ਹੈ। ਉੱਪਰ ਜਿਹੜੇ ਰੋਸ਼ਨਦਾਨ ਰੱਖੇ ਗਏ ਨੇ ਉਹਨਾਂ 'ਚ ਹਵਾ ਆ ਰਹੀ ਹੈ ਬਿਲਕੁਲ। ਇਹ ਜਾਲੀ ਔਰ ਖਿੜਕੀਆਂ, ਜਿਹੜੇ ਵੀਰ ਦੋਸਤ ਪਹਿਲਾਂ ਆ ਕੇ ਦਰਸ਼ਨ ਕਰ ਚੁੱਕੇ ਨੇ ਉਹਨਾਂ ਨੂੰ ਪਤਾ ਹੋਏਗਾ ਕਿ ਇਹ ਖਿੜਕੀਆਂ ਨਹੀਂ ਸਨ ਲੱਗੀਆਂ, ਅਤੇ ਹੁਣ ਇਹ ਖਿੜਕੀਆਂ ਲੱਗ ਗਈਆਂ ਨੇ। ਔਰ ਇੱਥੋਂ ਤੁਸੀਂ ਸਰੋਵਰ ਸਾਹਿਬ ਦਾ ਦੇ ਦਰਸ਼ਨ ਕਰੋ। ਇਹ ਸਰੋਵਰ ਹੈ ਅਮਰਕੁੰਡ, ਅਤੇ
ਅੱਛਾ ਜੀ, ਇਸ ਗੁਰਦੁਆਰੇ ਸਾਹਿਬ ਦੀ ਜਿਹੜੀ ਬਿਲਡਿੰਗ ਹੈ ਉਹ 12 ਦਰੀ ਸਟਾਈਲ ਵਿੱਚ ਥੱਲੋਂ ਲੈ ਕੇ ਉੱਤੋਂ ਤੱਕ 12 ਦਰੀ ਜਿਹੜੀ ਹੈ ਬਣਾਈ ਗਈ ਹੈ। ਔਰ ਅਗਰ ਤੁਸੀਂ ਦੇਖੋ ਤਾਂ ਇੱਥੇ ਵੀ 4 ਦਰ ਖੁੱਲੇ ਨੇ ਔਰ ਬਾਕੀ 8 ਦਰ ਜਿਹੜੇ ਨੇ ਉਹ ਬੰਦ ਨੇ। ਬਿਲਕੁਲ, ਇੱਥੋਂ ਖਿੜਕੀਆਂ ਜਿਹੜੀਆਂ ਨੇ ਉਹ ਵੀ 4-4 ਨੇ। ਹਵਾਵਾਂ ਨੇ ਉਹਨਾਂ ਨੂੰ ਮੱਦੇਨਜ਼ਰ ਰੱਖ ਕੇ ਫਿਰ ਗੁਰਦੁਆਰਾ ਸਾਹਿਬ। ਬਿਲਕੁਲ ਬਿਲਕੁਲ। ਅੱਛਾ, ਬਾਹਰ ਗਰਮੀ ਹੈ? ਹਾਂ, ਇੱਥੇ ਠੰਡ। ਇੱਥੇ ਕੋਈ ਪਤਾ ਨਹੀਂ ਹੈ, ਇੰਝ ਲੱਗ ਰਿਹਾ ਜਿਵੇਂ ਪੱਖੇ ਚੱਲ ਰਹੇ ਹਨ। ਜੀ ਜੀ। ਕੈਸਾ, ਮਤਲਬ ਕਿ ਉਹਨਾਂ ਦਾ ਜ਼ੇਨ ਸੀ, ਕੈਸੀ ਉਹਨਾਂ ਦੀ ਸੋਚ ਸੀ? ਹਾਂ, ਉਸ ਵਕਤ ਦੇ ਜਿਹੜੇ ਇੰਜੀਨੀਅਰਸ ਉਹਨਾਂ ਨੇ ਆਰਕੀਟੈਕਚਰ। ਔਰ ਦੂਸਰਾ ਨੂੰ ਚਾਰ ਕਮਰਾ, ਯਾਨੀ ਕਿ ਇੱਕ ਕਮਰਾ ਹੈ ਵੇ, ਇੱਕ ਕਮਰਾ ਉਹ ਵੇ, ਚਾਰੋਂ ਪਾਸੇ ਇੱਕ ਇੱਕ ਕਮਰਾ ਹੈ। ਜੀ ਜੀ ਬਿਲਕੁਲ, ਇਹ ਡਾਟਸ ਬਣੀਆਂ ਹੋਈਆਂ। ਜੀ ਬਿਲਕੁਲ। ਆਓ ਅਸੀਂ ਚੱਲਦੇ ਹਾਂ, ਤੁਹਾਨੂੰ ਅਸੀਂ ਲੈ ਕੇ ਚੱਲਦੇ ਹਾਂ ਉੱਥੇ ਉੱਪਰ। ਇੱਧਰੋਂ ਮੈਂ ਤੁਹਾਨੂੰ ਜਨਾਬ ਦਿਖਾਉਂਦਾ ਚੱਲਾਂ, ਚਾਰੇ ਸਾਈਡਾਂ ਇਹਦੀਆਂ ਤਿੰਨ, ਫਿਰ ਇਹ ਤਿੰਨ ਬਣੀ ਇਸ ਤਰ੍ਹਾਂ, ਇਹ 12 ਦਰੀ ਟਾਈਪ ਬਣਿਆ ਇਹ ਜਨਾਬ। ਇਹ ਜਿਹੜਾ ਵੈ ਬਾਬਾ ਜੀ, ਸੁੱਖਾ ਮਗਰ ਜ਼ਿਆਦਾ 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 ਖਿਆਲ ਜਾਂ ਚਾਂਸ ਹੈ ਕਿ ਇਹ ਸੁੱਖ ਆਸਨ ਹੋਵੇ। ਸੁੱਖ ਆਸਨ ਹੋਏਗਾ। ਹੁਣ ਚੱਲਦੇ ਹਾਂ ਅਸੀਂ ਸੈਕਿੰਡ ਫਲੋਰ ਵਾਲੇ ਪਾਸੇ। ਜੀ ਜੀ, ਸੈਕਿੰਡ ਫਲੋਰ ਹੈ ਜੀ। ਔਰ ਇਹਦੇ ਇੱਥੇ ਵੀ ਵੈਂਟੀਲੇਸ਼ਨ ਦਾ ਪੂਰਾ ਸਿਸਟਮ ਰੱਖਿਆ ਗਿਆ ਹੈ, ਰੋਸ਼ਨ ਬਣਾ ਰਿਹਾ। ਜੀ ਜੀ, ਇਹਦਾ ਛੱਤ ਦੇਖੋ ਕਿ ਕਿਸ ਤਰ੍ਹਾਂ ਇੱਟ ਖੜੀ ਇੱਟ ਲਗਾਈ ਗਈ ਹੈ, ਨਾਨਕ ਸ਼ਾਹੀ। ਇਹ ਜਨਾਬ ਇੱਕ ਸੋਹਣਾ ਫੁੱਲ ਬਣਿਆ ਵਾ, ਦੀਆ ਜਲਾਉਣੇ ਦੀ ਜੋਤ ਜਗਾਉਣੇ ਦੀ ਜਗ੍ਹਾ, ਔਰ ਉਸਦੇ ਉੱਪਰ ਪੱਤੀ ਬਣੀ ਹੋਈ ਹੈ। ਇਹ ਇਸਦਾ ਛੱਤ ਹੈ ਜੀ ਗੁਰਦੁਆਰਾ ਸਾਹਿਬ ਦਾ। ਔਰ ਇਹ ਹਾਲ ਦਾ ਮਰਕਜ਼ੀ ਹਾਲ ਦਾ। ਜੀ 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 ਜੀ, ਵਿੱਚ ਹੈ, ਵਿੱਚ ਹੈ ਥੱਲੇ ਜਿਹੜਾ ਮੱਥਾ ਸਾਰਾ ਮੁਗਲਈ ਦਾ ਲੱਗਾ। ਜੀ ਜੀ ਜੀ, ਉਹ ਲੱਗਿਆ ਹੋਇਆ ਹੈ ਥੱਲੇ, ਕਿਉਂਕਿ ਮੁਗਲਈ ਇੱਟ ਦਾ ਇਸਤੇਮਾਲ ਤਾਂ ਹੋ ਰਿਹਾ ਸੀ ਨਾ ਉਸ ਵਕਤ ਵੀ। ਹਾਂ, ਔਰ ਥੱਲੇ ਦੇਖਦੇ ਹਾਂ ਕਿ ਥੱਲੇ ਨਾਨਕ ਸ਼ਾਹੀ ਦਾ ਵੀ ਇਸਤੇਮਾਲ ਹੈ, ਜਿੱਥੇ ਜਿੱਥੇ ਜਿਸ ਤਰ੍ਹਾਂ ਜ਼ਰੂਰਤ ਮਹਿਸੂਸ ਕੀਤੀ ਗਈ ਹੈ ਜੀ ਜੀ, ਉਸ ਦੇ ਮੁਤਾਬਿਕ ਇਸ ਨੂੰ। ਥਰਡ ਫਲੋਰ ਦਾ ਦੀਵਾਨ ਸਥਾਨ ਹੈ ਜੀ। ਹਾਂ ਜੀ, ਇਹ ਤੀਸਰੇ ਸੈਕਿੰਡ ਫਲੋਰ ਜਿਹਨੂੰ ਕਿਹਾ ਜਾਂਦਾ। ਇੱਥੇ ਵੀ ਜਿਹੜਾ ਇਹ ਗੁੰਬਦ ਹੈ ਜੀ, ਔਰ ਇਹ ਗੁੰਬਦ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਲਬੂਤੀ ਗੁੰਬਦ ਹੈ ਇਹਦੇ ਅੰਦਰ, ਯਾਨੀ ਕਿ ਕੋਈ ਸਰਗਿਆ ਵਗੈਰਾ ਨਹੀਂ ਹੈ। ਠੀਕ ਹੈ ਜੀ, ਇਹ ਤੁਸੀਂ ਦੇਖੋ ਗੁੰਬਦ ਪੂਰਾ ਕਲਬੂਤੀ ਗੁੰਬਦ ਹੈ, ਔਰ ਡੋਟ ਦੇ ਨਾਲ ਬਣਿਆ ਹੋਇਆ, ਯਾਨੀ ਕਿ ਪਹਿਲੇ ਕੱਚੀ ਮਿੱਟੀ ਨਾਲ, ਫਿਰ ਉਸ ਤੋਂ ਬਾਅਦ ਉਹਨੂੰ ਗੋਹੇ ਲਾਉਂਦੇ ਨੇ, ਫਿਰ ਗੋਹੇ ਲਾ ਕੇ ਫਿਰ ਉਸ ਤੋਂ ਬਾਅਦ ਉਹਦੇ 'ਤੇ ਇੱਟਾਂ ਦੀ ਚੁਣਾਈ ਕੀਤੀ ਜਾਂਦੀ ਹੈ ਇਸ ਤਰੀਕੇ ਨਾਲ। ਇਹ ਲਓ ਜੀ, ਇਹ ਗੁੰਬਦ ਦੇ ਵੀ ਅੰਦਰੋਂ ਦਰਸ਼ਨ ਕਰੋ। ਉਹੀ ਉਤਲਾ ਜਿਹੜਾ ਚੌਕਾ ਲੱਗਾ ਉਹ ਤਾਂ ਸਾਫ਼ ਨਜ਼ਰ ਆ ਰਿਹਾ ਕਿ ਨਾਨਕ ਸ਼ਾਹੀ ਹੈ, ਔਰ ਚਾਰੋਂ ਪਾਸੇ ਤਕਰੀਬਨ 2, 4, 6, 8 ਜਿਹੜੇ ਨੇ ਉਹ ਜਗ੍ਹਾ ਜਿਹੜੀਆਂ ਨੇ ਵੈਂਟੀਲੇਸ਼ਨ ਵਾਸਤੇ ਵੀ ਨੇ, ਔਰ ਨਾਲ ਦੀ ਨਾਲ ਜਿਹੜੇ ਨੇ ਦੀਵੇ ਜਗਾਉਣ ਵਾਸਤੇ ਵੀ ਜਿਹੜੀ ਜਗ੍ਹਾ ਉਹ ਵੀ ਬਣੀ ਹੋਈ ਹੈ ਇਸ ਜਗ੍ਹਾ ਦੇ ਉੱਤੇ। ਇੱਥੋਂ ਤੁਸੀਂ ਬਾਹਰ ਨਾਲਾ ਕਾਨ ਦਾ ਵਿਊ ਕਰ ਸਕਦੇ ਹੋ। ਠੀਕ ਹੈ ਜੀ, ਰਿਵਰ ਗਾਨ। ਔਰ ਮਜ਼ੇਦਾਰੀ ਦੀ ਗੱਲ ਹੈ ਕਿ ਇਸ ਅੰਮ੍ਰਿਤ ਕੁੰਡ ਦੇ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਜਿੰਨੀ ਦੇਰ ਜ਼ਿੰਦਾ ਰਿਹਾ ਇਹਦਾ ਪਾਣੀ ਪੀਂਦਾ ਰਿਹਾ। ਇਸ ਅੰਮ੍ਰਿਤ ਕੁੰਡ ਦਾ ਪਾਣੀ ਜਿਹੜਾ ਸੀ ਲਾਹੌਰ ਦਰਬਾਰ ਨੂੰ ਜਾਂਦਾ ਸੀ। ਠੀਕ ਹੈ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਦਿਸ ਵੀਡੀਓ ਇਜ਼ ਬਿਲੋਂਗ ਟੂ ਸ਼ਾਹਿਦ ਸ਼ਬੀਰ ਆਫੀਸ਼ੀਅਲ। ਨੋ ਵਨ ਹੈਵ ਟੂ ਰਾਈਟ ਟੂ ਡਾਊਨਲੋਡ ਦੈਨ ਸ਼ੇਅਰ ਔਨ ਦੇਅਰ ਪੇਜ। ਇਫ ਐਨੀ ਵਨ ਗੋ ਟੂ ਵਾਇਲੇਸ਼ਨ ਦੈਨ ਆਈ ਵਿਲ ਬੀ ਕੰਪਲੇਨ ਐਂਡ ਆਈ ਵਿਲ ਬੀ ਪੁੱਟ ਅਪ ਦਾ ਰੀਗਲ ਰਾਈਟਸ। ਠੀਕ ਹੈ ਜੀ, ਆਓ ਚੱਲਦੇ ਅਸੀਂ ਥਰਡ ਫਲੋਰ ਦੇ ਉੱਤੇ, ਲਾਸਟ ਫਲੋਰ 'ਤੇ। ਲਓ ਜੀ, ਤੀਸਰਾ ਫਾਈਨਲੀ ਛੱਤ ਆ ਗਈ। ਬਹੁਤ ਵੱਡਾ ਗੁੰਬਦ ਹੈ, ਛੋਟਾ ਜਿਹਾ ਗੁੰਬਦ ਨਹੀਂ ਹੈ।
ਇਹ ਦੇਖੋ ਤੁਸੀਂ ਸੇਵਾ ਦੇ ਵਿੱਚ ਵੀ ਗੁੰਬਦ ਲਾਏ ਗਏ ਨੇ ਛੋਟੇ ਛੋਟੇ, ਪਿੱਛੇ ਰੋਹਤਾਸ ਫੋਰਟ ਦਾ ਤਲਾਕੀ ਗੇਟ, ਛੱਤ ਨੂੰ ਰਿਪੇਅਰ ਕੀਤਾ ਗਿਆ ਕਿ ਪਾਣੀ ਅੰਦਰ ਸੀਵਰੇਜ ਨਾ ਜਾਵੇ। ਇਹ ਓਲਡ ਜੀ ਟੀ ਰੋਡ ਥੱਲੋਂ ਜਾ ਰਿਹਾ ਗ੍ਰੈਂਡ ਟਰੰਕ ਰੋਡ ਰਾਜਪਥਾ, ਠੀਕ ਹੈ ਜੀ, ਜਿਹੜਾ ਕਿ ਸ਼ੇਰਸ਼ਾਹ ਸੂਰੀ ਨੇ ਬਣਾਇਆ ਸੀ। ਇਹ ਉਹ ਵਾਲਾ ਰਾਜਪਥ ਹੈ, ਓਰੀਜਨਲ ਗ੍ਰੈਂਡ ਟਰੰਕ ਰੋਡ। ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ। ਬਾਬਾ ਜੀ ਔਰ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਚੋਆ ਬਾਬਾ ਗੁਰੂ ਨਾਨਕ ਸਾਹਿਬ। ਇਸ ਸਾਈਡ 'ਤੇ ਟਿੱਲਾ ਜੋਗੀਆਂ, ਜੀ ਹਾਂ ਜੀ ਜੀ, ਪਿੱਛੇ ਦੀਨਾ ਸਿਟੀ ਨਜ਼ਰ ਆ ਰਿਹਾ, ਤਹਿਸੀਲ ਦੀਨਾ, ਡਿਸਟ੍ਰਿਕਟ ਜ਼ੇਹਲਮ ਦੀ ਇੱਕ ਤਹਿਸੀਲ ਹੈ। ਠੀਕ ਹੈ ਹਾਂਜੀ ਜੀ। ਗੁਰੂ ਪਿਆਰੀ ਸੰਗਤ ਜੀ, ਬਾਬਾ ਗੁਰੂ ਨਾਨਕ ਸਾਹਿਬ 1522 ਦੇ ਵਿੱਚ ਜਦੋਂ ਜੋਗੀਆਂ ਨਾਲ ਗੱਲ ਕਰਕੇ ਆਏ ਨੇ, ਜਦੋਂ ਉਹਨਾਂ ਦੀ ਗੋਸ਼ਟੀ ਹੋਈ ਹੈ ਉੱਥੇ ਨਾਥ ਪੰਥੀਆਂ ਦੇ ਨਾਲ, ਜੋਗੀਆਂ ਦੇ ਨਾਲ, ਠੀਕ ਹੈ ਜੀ, ਅਤੇ ਸਿੱਧ ਗੋਸ਼ਟੀ ਜਿਹਨੂੰ ਕਿਹਾ ਜਾਂਦਾ ਉਹ ਕਰਕੇ, ਜਿਹਨੂੰ ਕਿ ਬਲ ਗੁੰਦਾਈ, ਟਿੱਲਾ ਬਲ ਗੁੰਦਾਈ ਜਿਹੜਾ, ਉੱਥੇ ਵੀ ਬਾਬਾ ਗੁਰੂ ਨਾਨਕ ਸਾਹਿਬ ਦੀ ਗੱਦੀ ਹੈ, ਔਰ ਥੱਲੇ ਵੀ ਨੌ ਨਾਥਾਂ ਦੇ ਅਸਥਾਨ ਦੇ ਵਿੱਚ ਵੀ ਬਾਬਾ ਗੁਰੂ ਨਾਨਕ ਸਾਹਿਬ ਦਾ ਜਿਹੜਾ ਅਸਥਾਨ ਹੈ ਉਹ ਵਾਜ਼ੇ ਤੌਰ ਦੇ ਉੱਤੇ ਔਰ ਸਭ ਤੋਂ ਸੋਹਣਾ ਬਣਿਆ ਹੋਇਆ ਅੱਜ ਵੀ ਮੌਜੂਦ ਹੈ ਉੱਥੇ। ਅਤੇ ਇਹਦਾ ਸਿਹਰਾ ਸਾਡੇ ਮਿਰਜ਼ਾ ਸਫਦਰ ਬੇਗ ਸਾਹਿਬ ਦਾ ਜਾਂਦਾ ਸਿਰ 'ਤੇ, ਕਿਉਂਕਿ ਇਹਨਾਂ ਨੇ ਸਾਨੂੰ ਇਸ ਰਾਹੇ ਇਹ ਰਾਹ ਜਿਹੜਾ ਸੀ, ਕਿਉਂਕਿ ਮੈਂ ਲਾਹੌਰ ਦੀ ਜੰਮਪਲ ਹਾਂ, ਮੈਨੂੰ ਜਿਹੜਾ ਉਹ ਜ਼ਿਆਦਾ ਨਹੀਂ ਪਤਾ ਇਸ ਚੀਜ਼ ਦੇ ਬਾਰੇ 'ਚ, ਮਿਰਜ਼ਾ ਸਾਹਿਬ ਨੇ ਸਾਨੂੰ ਇਸ ਚੀਜ਼ ਦੇ ਮਤਲਬ ਗਾਈਡ ਕੀਤਾ ਸੀ। ਔਰ ਇਹ ਜਿਹੜਾ ਗੁਰਦੁਆਰਾ ਹੈ, ਇਹਦਾ ਜਿਹੜਾ ਗੁੰਬਦ ਹੈ, ਇਹਦਾ ਆਰਕੀਟੈਕਚਰ ਹੈ, ਇਹ ਪਿਓਰਲੀ ਖਾਲਸਾ ਆਰਕੀਟੈਕਚਰ ਹੈ। ਉਹ ਮਹਾਰਾਜਾ ਰਣਜੀਤ ਸਿੰਘ ਦੇ ਪਹਿਲੇ ਜਿਹੜੇ 10 ਸਾਲ ਸਨ ਰਾਜ ਦੇ, ਜਦੋਂ ਮੁਕੰਮਲ ਰਾਜ ਕੀਤਾ ਸੀ, ਉਸ ਵੇਲੇ ਇਹਨਾਂ ਨੇ ਸਥਾਪਿਤ ਕੀਤਾ ਸੀ ਬਾਬਾ ਗੁਰੂ ਨਾਨਕ ਸਾਹਿਬ ਦੀ ਯਾਦ ਦੇ ਵਿੱਚ। ਮੋਸਟਲੀ ਜਿਹੜੇ ਹਿਸਟੋਰੀਕਲ ਗੁਰਦੁਆਰੇ ਨੇ ਪਹਿਲੀ ਪਾਤਸ਼ਾਹੀ ਦੇ ਔਰ ਛੇਵੀਂ ਪਾਤਸ਼ਾਹੀ ਦੇ, ਉਹ ਮਹਾਰਾਜਾ ਰਣਜੀਤ ਸਿੰਘ ਦੇ ਹੀ ਦੌਰ ਦੀ ਸੇਵਾ ਹੈ। ਉਸ ਤੋਂ ਬਾਅਦ ਸੰਗਤਾਂ ਬਣਾਉਂਦੀਆਂ ਰਹੀਆਂ, ਕਾਰ ਸੇਵਾ ਕਰਦੀਆਂ ਰਹੀਆਂ, ਲੇਕਿਨ ਇਹ ਜਿਹੜਾ ਮੈਂ ਕਹਾਂਗਾ ਕਿ ਕਾਰ ਸੇਵਾ ਦਾ ਸਭ ਤੋਂ ਵੱਡਾ ਕੰਮ ਜਿਹੜਾ ਸੀ ਮਹਾਰਾਜਾ ਰਣਜੀਤ ਸਿੰਘ ਔਰ ਜਨਰਲ ਹਰੀ ਸਿੰਘ ਨਲਵਾ ਦੇ ਹੀ ਜ਼ਿੰਮੇ ਸੀ। ਜੀ ਮਿਰਜ਼ਾ ਸਾਹਿਬ ਨਾਲ ਹੀ ਨਾਲ ਹੈ, ਥੋੜ੍ਹਾ ਜਿਹਾ ਬਰੀਫ ਕਰ ਦਿਓ। ਹਾਂਜੀ, ਪਿੱਛੇ ਤਲਾਕੀ ਗੇਟ ਰੋਹਤਾਸ ਫੋਰਟ ਦੀ ਗੱਲ ਕਰ ਰਹੇ ਸੀ ਅਸੀਂ, ਅਤੇ ਇਹ ਤਲਾਕੀ ਗੇਟ ਰੋਹਤਾਸ ਫੋਰਟ ਦੇ 12 ਗੇਟ ਦੇ ਵਿੱਚੋਂ, ਅਤੇ ਇਹ ਸਰੋਵਰ ਸਾਹਿਬ ਉੱਪਰੋਂ ਥਰਡ ਸੈਕਿੰਡ ਫਲੋਰ ਤੋਂ ਛੱਤ ਤੋਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਅਤੇ ਇਹ ਨਾਲਾ ਗਾਨ ਵਗਦਾ ਸੀ ਕਦੀ, ਹੁਣ ਤਾਂ ਪਿੱਛੇ ਚੁੱਕੇ ਛੋਟੇ ਸਮਾਲ ਡੈਮ ਬਣ ਗਏ ਨੇ, ਇਸ ਵਾਸਤੇ ਨਾਲਾ ਦੇ ਵਿੱਚ ਹੁਣ ਪਾਣੀ ਕੋਈ ਨਹੀਂ ਆਉਂਦਾ ਉਸ ਤਰ੍ਹਾਂ। ਸਾਵਣ ਦੇ ਵਿੱਚ ਥੋੜ੍ਹਾ ਬਹੁਤ ਆਉਂਦਾ, ਪਰਲੀ ਸਾਈਡ ਤੋਂ ਵਗਦਾ, ਅਤੇ ਹੁਣ ਲੋਕਾਂ ਨੇ ਇੱਥੇ ਜ਼ਮੀਨਾਂ ਜਿਹੜੀਆਂ ਨੇ ਉਹ ਆਬਾਦ ਕਰ ਲਈਆਂ ਨੇ। ਉਹ ਦੀਵਾਰ ਦੇ ਪਿੱਛੇ ਥੋੜ੍ਹਾ ਜਿਹਾ ਹਿੱਸਾ ਟਿੱਲਾ ਜੋਗੀਆਂ ਦਾ ਵੀ ਨਜ਼ਰ ਆ ਰਿਹਾ, ਸਾਫ਼ ਤਾਂ ਨਹੀਂ ਨਜ਼ਰ ਆਉਂਦਾ। ਇਹ ਮਿਨਾਰੀਆਂ ਜਿਹੜੀਆਂ ਨੇ ਛੋਟੀਆਂ, ਇਹ ਕਿਸੇ ਜ਼ਮਾਨੇ 'ਚ ਐਸੀ ਤਾਂ ਹੁਣ ਨਹੀਂ ਹੈ। ਅਤੇ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਉੱਪਰੋਂ ਤੁਸਾਂ ਨਜ਼ਰ ਆ ਰਿਹਾ, ਉਹ ਮੇਨ ਗੇਟ ਹੈ, ਉਹਦਾ ਸਿਰਫ ਇੱਕੋ ਪਿੱਲਰ ਇਸ ਵੇਲੇ ਖੜ੍ਹਾ ਹੈ। ਅਤੇ ਇਹ ਸਰੋਵਰ ਪੌਣਾ, ਸਰੋਵਰ ਸਾਹਿਬ, ਚੋਆ ਸਾਹਿਬ, ਅਮਰਕੁੰਡ, ਅੰਮ੍ਰਿਤ ਕੁੰਡ ਜਿਹੜਾ ਉਹ ਥੱਲੇ, ਅਤੇ ਉਹ ਸਾਰੀ ਵਾਲ ਜਿਹੜੀ ਨਜ਼ਰ ਆ ਰਹੀ ਹੈ ਰੋਹਤਾਸ ਫੋਰਟ, ਜਦੋਂ ਗੁਰੂ ਨਾਨਕ ਜੀ ਇੱਥੇ ਆਏ ਸੀ। ਅਤੇ ਇਹ ਪਿੱਛੇ ਖੂਹੀ ਔਰ ਜਿਹੜੇ ਪੌਦੇ ਲਾਏ ਗਏ ਨੇ ਮਾਲਟਿਆਂ ਦੇ, ਤਰਸ਼ਾਵਾ ਫਲ ਜਿਹਨਾਂ ਨੂੰ ਕਿਹਾ ਜਾਂਦਾ, ਉਹ ਲਗਾਏ ਗਏ ਨੇ। ਅਤੇ ਜਦੋਂ ਗੁਰੂ ਨਾਨਕ ਜੀ ਇੱਥੇ ਆਏ ਸੀ, ਉਸ ਵਕਤ ਇੱਥੇ ਇੱਕ ਦੱਸਿਆ ਜਾਂਦਾ ਤਾਰੀਖ ਦੇ ਮੁਤਾਬਿਕ ਇੱਥੇ ਮੰਡੀ ਸੀ, ਅਤੇ ਉਹਨਾਂ ਲੋਕਾਂ ਦੇ ਹੀ ਬੇਨਤੀ 'ਤੇ, ਕਿਉਂਕਿ ਜਰਨੈਲੀ ਸੜਕ ਸੀ ਅਤੇ ਪਾਣੀ ਦਾ ਮਸਲਾ, ਪਾਣੀ ਕਾਣ ਦੇ ਵਿੱਚ ਹਰ ਵਕਤ ਤਾਂ ਨਹੀਂ ਸੀ ਹੁੰਦਾ, ਅਤੇ ਪਾਣੀ ਇੱਥੋਂ ਚਸ਼ਮਾ ਜਾਰੀ ਹੋਇਆ। ਅਤੇ ਫਿਰ 1541-42 ਦੇ ਵਿੱਚ ਸ਼ੇਰਸ਼ਾਹ ਸੂਰੀ ਨੇ ਇਹ ਫੋਰਟ ਰੋਹਤਾਸ ਫੋਰਟ ਬਣਵਾਇਆ, ਉਸ ਦਾ ਹੀ ਇੱਕ ਗੇਟ ਹੈ ਅੱਗੇ, ਉਸਦੇ ਬਾਕੀ ਗੇਟ ਔਰ ਦੀਵਾਰਾਂ ਨਜ਼ਰ ਆ ਰਹੀਆਂ ਨੇ। ਅਤੇ ਬੜਾ ਪਹਿਲਾਂ ਵੀ ਦੱਸਿਆ ਕਿ ਇਸਦਾ ਕਾਫੀ ਸਾਰਾ ਕੰਮ ਹੋ ਚੁੱਕਿਆ ਔਰ ਮਜ਼ੀਦ ਥੋੜ੍ਹਾ ਬਹੁਤ ਜਿਹੜਾ ਹੈ
ਕਿਉਂਕਿ ਇਸ ਦੀ ਅਸਲ ਜਿਹੜੀ ਤਾਰੀਖੀ ਬਿਲਡਿੰਗ ਹੈ ਔਰ ਜਿਹੜਾ ਇਹਦਾ ਅਸਲ ਰੰਗ ਰੂਪ ਹੈ ਉਸਨੂੰ ਸੇਮ ਰੱਖਣਾ ਇਹ ਬੜਾ ਜ਼ਰੂਰੀ ਹੈ, ਕਿਉਂਕਿ ਇਤਿਹਾਸ ਦਾ ਹਿੱਸਾ ਹੈ। ਇਹ ਨਹੀਂ ਕਿ ਬਿਲਡਿੰਗ ਬਣਾ ਖਤਮ ਕਰਕੇ ਨਈ ਬਿਲਡਿੰਗ ਬਣਾ ਦਿੱਤੀ ਜਾਏ ਜਾਂ ਜਿਸ ਤਰ੍ਹਾਂ ਅਕਸਰ ਹੋ ਰਿਹਾ, ਨਹੀਂ ਉਹ ਕੰਮ ਨਹੀਂ, ਇਹਦੀ ਤਾਰੀਖੀ ਅਹਿਮੀਅਤ ਨੂੰ। ਜੀ ਸ਼ਾਹਿਦ, ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਸ਼ਾਹਿਦ ਸ਼ਬੀਰ ਆਫੀਸ਼ੀਅਲ ਐਂਡ ਨੋ ਵਨ ਹੈਵ ਟੂ ਰਾਈਟ ਟੂ ਡਾਊਨਲੋਡ ਦਿਸ ਵੀਡੀਓ ਟੂ ਪੋਸਟ ਔਨ ਯੂਟਿਊਬ ਪੇਜ ਔਰ ਫੇਸਬੁੱਕ ਪੇਜ, ਸੋ ਪਲੀਜ਼ ਕਾਈਂਡਲੀ ਇਫ ਯੂ ਵਾਂਟ ਟੂ ਸ਼ੇਅਰ ਦੈਨ ਡਾਇਰੈਕਟ ਲਿੰਕ, ਵੀਡੀਓ ਨੂੰ ਤੁਸੀਂ ਕਲਿੱਕ ਕਰੋ ਉੱਤੇ ਉਹਦਾ ਲਿੰਕ ਆ ਜਾਏਗਾ, ਉਸ ਲਿੰਕ ਨੂੰ ਤੁਸੀਂ ਅੱਗੇ ਮੇਰੀ ਫੇਵਰ ਚਾਹੁੰਦੇ ਹੋ, ਮੈਨੂੰ ਸਪੋਰਟ ਕਰਨਾ ਚਾਹੁੰਦੇ ਹੋ ਤਾਂ ਪਲੀਜ਼ 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 ਉਹਨੂੰ ਸ਼ੇਅਰ ਕਰੋ ਤਾਂ ਕਿ ਇਹਦੀ ਵਿਊਵਿੰਗ ਵਧੇ ਔਰ ਤੁਹਾਡੇ ਲੋਕਾਂ ਤੱਕ ਜ਼ਿਆਦਾ ਤੋਂ ਜ਼ਿਆਦਾ ਮੈਸੇਜ ਪਹੁੰਚ ਸਕੇ। ਫਿਰ ਇੱਕ ਵਾਰ ਵੀ ਮੈਂ ਕਹਾਂਗਾ ਕਿ ETPP ਬੋਰਡ, ਸਾਡਾ ਜਿਹੜਾ ਵਕਫ ਬੋਰਡ ਹੈ, ਉਹਨਾਂ ਦਾ ਬਹੁਤ ਜ਼ਿਆਦਾ ਸ਼ੁਕਰੀਆ। ਸਾਡੇ ਸੈਕਟਰੀ ਸਾਹਿਬ ਨੇ ਤਾਰਿਕ ਵਜ਼ੀਰ ਸਾਹਿਬ, ਇਮਰਾਨ ਗੋਂਦਲ ਸਾਹਿਬ ਔਰ ਉਸ ਤੋਂ ਬਾਅਦ ਸਤਵੰਤ ਸਿੰਘ ਵੀਰ ਜੀ ਜਿਹੜੇ ਨੇ, ਉਹਨਾਂ ਨੂੰ ਲੱਖਾਂ ਲੱਖ ਵਧਾਈਆਂ। ਉਹ ਜਿਹੜੇ ਨਵੇਂ ਪ੍ਰਧਾਨ ਬਣੇ ਨੇ, ਜਾਣ ਵਾਲਿਆਂ ਨੂੰ ਵੀ ਸਾਡਾ ਸੈਲੂਟ ਹੈ ਅਤੇ ਆਉਣ ਵਾਲਿਆਂ ਨੂੰ ਵੀ ਸਾਡਾ ਸੈਲੂਟ ਹੈ, ਕਿਉਂਕਿ ਸਾਡੀ ਮਿਨੋਰਟੀ ਸਾਡੇ ਮੱਥਰ ਦਾ ਝੂਮਰ ਹੈ। ਇੰਟਰਫੇਥ ਹਾਰਮਨੀ, ਪੀਸ, ਮੁਹੱਬਤ, ਅਮਨ, ਭਾਈਚਾਰਾ ਸਾਡਾ ਸਿਰਫ ਇਹੀ ਮਿਸ਼ਨ ਹੈ। ਐਸੇ ਚੀਜ਼ ਨੂੰ ਲੈ ਕੇ ਨਿਕਲੇ ਸੀ ਔਰ ਅੱਜ ਕਿੱਥੇ ਤੱਕ ਕਾਮਯਾਬ ਹੋਏ ਹਾਂ ਉਹ ਤੁਸੀਂ ਦੱਸ ਦਿਓ, ਉਹ ਤੁਸੀਂ ਦੇਖਦੇ ਹੋ। ਤੁਹਾਡੀ ਵਿਊਵਿੰਗ ਦੱਸਦੀ ਹੈ, ਤੁਹਾਡੇ ਕਮੈਂਟ ਦੱਸਦੇ ਨੇ, ਤੁਹਾਡਾ ਇਜ਼ਹਾਰ ਖਿਆਲ ਹੈ। ਮੈਂ ਤਾਂ ਖੁਸ਼ੀ ਦੇ ਨਾਲ ਸਿਰਫ ਇਹੀ ਕਹਾਂਗਾ ਕਿ ਅੱਲਾਹ ਕਰੇ ਮੇਰੇ ਕੋਲ ਅੱਲਾਹ ਤਾਲਾ ਹੋਰ ਅਸਥਾਨ ਜਿਹੜੇ ਨੇ ਉਹ ਡਿਸਕਵਰ ਕਰਵਾਵੇ, ਅੱਲਾਹ ਤਾਲਾ ਮੈਨੂੰ ਹੋਰ ਹਿੰਮਤ ਦੇਵੇ ਅਤੇ ਇਸੇ ਤਰ੍ਹਾਂ ਹੀ ਇੱਕ ਇੱਕ ਕਰਕੇ ਸਾਰੇ ਗੁਰੂ ਘਰ ਜਿਹੜੇ ਨੇ ਗੁਰੂ ਪਿਆਰੀ ਸੰਗਤ ਦੇ ਹਵਾਲੇ ਹੋ ਜਾਣ। ਇਸੇ ਤਰ੍ਹਾਂ ਹੀ ਈਸਟ ਪੰਜਾਬ ਦੇ ਵਿੱਚ ਜਿਹੜੀਆਂ ਸਾਡੀਆਂ ਮਸੀਤਾਂ ਪਈਆਂ ਹੋਈਆਂ ਨੇ ਬੰਡਡ, ਉਹ ਮੁਸਲਮਾਨਾਂ ਕੋਲ ਚਲੇ ਜਾਣ, ਮੰਦਰ ਜਿਹੜੇ ਨੇ ਸਾਡੇ ਹਿੰਦੂ ਵੀਰਾਂ ਕੋਲ ਚਲੇ ਜਾਣ ਅਤੇ ਸਾਰੇ ਰੋਲੇ ਹੀ ਮੁੱਕ ਜਾਣ, ਸਾਰੇ ਸਿਆਪੇ ਹੀ ਮੁੱਕ ਜਾਣ। ਤਮਾਮ ਧੜੇ ਜਿਹੜੇ ਨੇ ਆਪਣੀਆਂ ਆਪਣੀਆਂ ਚੀਜ਼ਾਂ, ਆਪਣੇ ਆਪਣੇ ਕੰਮ, ਆਪਣੇ ਆਪਣੀਆਂ ਦਰਗਾਹਾਂ, ਆਪਣੇ ਆਪਣੇ ਮੰਦਰ, ਆਪਣੇ ਆਪਣੇ ਗੁਰੂ ਘਰ, ਆਪਣੀ ਆਪਣੀ ਧਰਮਸ਼ਾਲ ਜਿਹੜੀ ਹੈ ਉਹ ਸੰਭਾਲ ਲੈਣ। ਅਤੇ ਮੇਰਾ ਖਿਆਲ ਹੈ ਕਿ ਹਿਸਟਰੀ ਦੇ ਇਹ ਜਿਹੜੇ ਪੰਨੇ ਜਿਹੜੇ ਮਿਟ ਰਹੇ ਨੇ, ਜਿਹਨੂੰ ਅਸੀਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਹਦਾ ਨਾਮ ਅਸੀਂ ਰੱਖਿਆ ਸੀ ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸੇਵ ਗੁਰਦੁਆਰਾਜ਼ ਐਂਡ ਟੈਂਪਲਸ ਆਫ ਪਾਕਿਸਤਾਨ ਐਂਡ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ। ਇਹ ਸਾਰੇ ਮਿਸ਼ਨ ਜਿਹੜੇ ਸਨ ਸਿਰਫ ਇਸੇ ਵਾਸਤੇ ਸ਼ੁਰੂ ਕੀਤੇ ਗਏ ਸਨ। ਪਾਕਿਸਤਾਨ ਹੈਰੀਟੇਜ ਕਲੱਬ ਵੀ ਬਣਾਇਆ, ਪਿਆਰਾ ਨਨਕਾਣਾ ਵੀ ਬਣਾਇਆ, ਸਿੱਖ ਮੁਸਲਿਮ ਫਰੈਂਡਸ਼ਿਪ ਵੀ ਬਣਾਈ, ਫਿਰ ਉਸ ਤੋਂ ਬਾਅਦ ਪੰਜਾਬੀ ਕਲਚਰ ਐਂਡ ਹੈਰੀਟੇਜ ਵੀ ਬਣਾਇਆ। ਇਹ ਤਮਾਮ ਕਿਉਂ ਮਿਸ਼ਨ ਸ਼ੁਰੂ ਕੀਤੇ ਸਨ? ਸਿਰਫ ਇਸੇ ਲਈ ਕੀਤੇ ਸੀ ਕਿ ਅਸੀਂ ਲੋਕਾਂ ਨੂੰ ਕਲੋਜ਼ ਕਰ ਸਕੀਏ। ਕਈ ਵਾਰੀ ਲੋਕ ਗਲਤ ਕਮੈਂਟ ਕਰਦੇ ਨੇ, ਕਈ ਵਾਰੀ ਗਲਤ ਚੀਜ਼ਾਂ ਪਾ ਦਿੰਦੇ ਨੇ, ਜਿਹਦੀ ਵਜ੍ਹਾ ਨਾਲ ਗੁੱਸੇ ਦੇ ਵਿੱਚ ਆ ਕੇ ਮੈਂ ਵੀ ਕੁਛ ਲਿਖ ਦਿੰਦਾ ਵਾਂ, ਮਿਰਜ਼ਾ ਸਾਹਿਬ ਵੀ ਕੁਛ ਲਿਖ ਦਿੰਦੇ ਨੇ। ਭੁੱਲਾਂ ਚੁੱਕਾਂ ਦੀ ਮਾਫ਼ੀ ਸੰਗਤ ਬਖਸ਼ਣਹਾਰ ਹੈ। ਹਰ ਇਨਸਾਨ ਨੂੰ ਦੂਜੇ ਨੂੰ ਬਖਸ਼ ਦੇਣਾ ਚਾਹੀਦਾ ਹੈ, ਗਲਤੀ ਸਾਰਿਆਂ ਕੋਲੋਂ ਹੁੰਦੀ ਹੈ, ਠੀਕ ਹੈ ਕਿ ਨਹੀਂ? ਅਗਰ ਭੁੱਲ ਚੁੱਕ ਹੋ ਜਾਵੇ ਤਾਂ ਨਿੱਕਾ ਵੀਰ ਜਾਂ ਵੱਡਾ ਵੀਰ ਸਮਝ ਕੇ ਸਾਨੂੰ ਜਿਹੜਾ ਉਹ ਮਾਫ਼ ਕਰ ਦਿਆ ਕਰੋ। ਜਦੋਂ ਇੰਨੀ ਧੁੱਪੇ, ਇਹ ਤੁਸੀਂ ਦੇਖੋ ਮੇਰੇ ਪੈਰਾਂ ਦਾ ਹਾਲ ਵੇਖੋ, ਠੀਕ ਹੈ ਨਾ? ਮੈਂ ਮੁਸਲਸਲ ਪਿਛਲੇ 3 ਘੰਟਿਆਂ ਤੋਂ ਮੈਂ ਜੁੱਤੀ ਨਹੀਂ ਪਾਈ ਔਰ ਜੁਲਾਈ ਦਾ ਮਹੀਨਾ ਜਾ ਰਿਹਾ ਔਰ ਇੱਕ ਮਿੰਟ ਨਹੀਂ ਖਲੋਤਾ ਜਾ ਰਿਹਾ, ਲੇਕਿਨ ਸਿਰਫ ਖੁਸ਼ੀ ਹੈ, ਖੁਸ਼ੀ ਕਰਕੇ ਜਿਹੜਾ ਇਹ ਸਾਰਾ ਕੁਛ ਝੱਲਨੇ ਪਏ ਹਾਂ ਕਿ ਤੁਹਾਨੂੰ ਖੁਸ਼ੀਆਂ ਮਿਲਣੀਆਂ ਚਾਹੀਦੀਆਂ ਨੇ। ਤੁਹਾਡੀਆਂ ਖੁਸ਼ੀਆਂ ਪ੍ਰਾਪਤ ਹੋਈਆਂ, ਤੁਸੀਂ ਦੁਆ ਕਰੋਗੇ ਸ਼ਾਇਦ ਰੱਬ ਨੇ ਮੇਰੇ ਵਾਸਤੇ ਪਤਾ ਨਹੀਂ ਕਿੰਨਾ ਕੁੱਚਾ ਮੁਕਾਮ ਰੱਖਿਆ ਹੋਇਆ। ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ, ਤੁਸੀਂ ਦੇਖ ਰਹੇ ਹੋ ਸ਼ਾਹਿਦ ਸ਼ਬੀਰ ਆਫੀਸ਼ੀਅਲ ਔਰ ਫਿਰ ਇੱਕ ਵਾਰੀ ਤੁਹਾਨੂੰ ਦੱਸ ਰਿਹਾ ਕਿ ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਚੋਆ ਬਾਬਾ ਗੁਰੂ ਨਾਨਕ ਸਾਹਿਬ ਗੋਇੰਗ ਟੂ ਓਪਨ ਬਹੁਤ ਜਲਦੀ। ਸਾਨੂੰ ਮਤਲਬ ਕਿ ਇਹ ਖੁਸ਼ੀ ਜਿਹੜੀ ਹੈ ਤੁਹਾਨੂੰ ਪਹਿਲੇ ਵੀ ਦੱਸ ਚੁੱਕੇ, ਲੇਕਿਨ ਲਾਈਵ ਵੀਡੀਓ 'ਚ ਆ ਕੇ ਦਿਖਾਉਣਾ ਜ਼ਰੂਰੀ ਸੀ ਕਿ ਉਹ ਜਗ੍ਹਾ ਕਿਹੜੀ ਹੈ, ਅਸਥਾਨ ਕਿਹੜਾ, ਉਹ ਇਹੀ ਅਸਥਾਨ ਹੈ ਜੀ। ਦਰਸ਼ਨ ਕਰਾਓ ਜੀ। ਰੱਬ ਰੱਖਾ ਜੀ, ਫਿਰ ਮਿਲਾਂਗੇ ਕਿਸੇ ਹੋਰ ਅਸਥਾਨ ਦੇ ਨਾਲ।